ਪੰਜਾਬੀ ਲੋਕ ਚੈਨਲ। ਮੈਡਮ ਕਾਈਂਡਲੀ ਚਲੇ ਜਾਓ, ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ ਜੋ ਜੇ 1 ਵਜੇ ਕਿਹਾ ਸੀ ਤੇ ਉਹਨਾਂ ਨਾਲ ਆ ਕੇ ਕਰੋ। ਆ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ। ਕਿਧਰੇ ਕੈਪਟਨ ਦੇ ਵਜ਼ੀਰ ਦੀ ਦਾਦਾਗਿਰੀ ਤੇ ਕਿਤੇ ਸਰਕਾਰ ਦੇ ਅਫਸਰਾਂ ਦੀ ਗੁੰਡਾਗਰਦੀ। ਸੁਰਿੰਦਰ ਸਿੰਘ ਨੇ ਮੇਰੀ ਗੱਲ ਨੀ ਸੁਣੀ। ਆ ਪ੍ਰਸ਼ਾਸਨ ਆਉਣ ਚਪੇੜ ਮਾਰਨ ਆਉਣ ਤਾਂ ਫੜ ਲੈ। ਕਿਤੇ ਅਧਿਆਪਕ ਪੁਲਿਸ ਕੋਲੋਂ ਖਾ ਰਹੇ ਨੇ ਡਾਂਗਾਂ ਤੇ ਕਿਧਰੇ ਇਹਨਾਂ ਅਧਿਆਪਕਾਂ ਦੇ ਆਪਣੇ ਅਫਸਰ ਹੀ ਮਾਰ ਰਹੇ ਨੇ ਇਹਨਾਂ ਅਧਿਆਪਕਾਂ ਦੇ ਥੱਪੜ। ਜੀ ਹਾਂ, ਮਾਮਲਾ ਮਲੋਟ ਦੇ ਪਿੰਡ ਬੁਰਜ ਸਿੱਧਵਾਂ ਦਾ, ਜਿੱਥੇ ਦੇ ਸਕੂਲ ਵਿੱਚ ਆਏ ਜ਼ਿਲ੍ਹਾ ਸਿੱਖਿਆ ਅਫਸਰ ਦਾ ਅਜਿਹਾ ਬੀਪੀ ਵਧਿਆ ਕਿ ਅਧਿਆਪਕ ਦੇ ਥੱਪੜ ਮਾਰ ਦਿੱਤਾ। ਇਹ ਥੱਪੜ ਬੱਚਿਆਂ ਅਤੇ ਸਕੂਲ ਦੇ ਬਾਕੀ ਅਧਿਆਪਕਾਂ ਦੇ ਸਾਹਮਣੇ ਹੀ ਜੜਿਆ ਗਿਆ। DEO ਵੱਲੋਂ ਮਾਰੇ ਗਏ ਇਸ ਥੱਪੜ ਦਾ ਅਸਰ ਮਾਸਟਰ ਜੀ ਦੀਆਂ ਜੜ੍ਹਾਂ ਤੱਕ ਹੋ ਗਿਆ। ਸ਼ਾਇਦ ਸਰਕਾਰ ਨੇ ਅਧਿਆਪਕਾਂ ਕੋਲੋਂ ਬੱਚਿਆਂ ਨੂੰ ਕੁੱਟਣ ਦਾ ਅਧਿਕਾਰ ਖੋ ਕੇ ਆਪਣੇ ਅਫਸਰਾਂ ਨੂੰ ਦੇ ਦਿੱਤਾ ਅਤੇ ਉਹਨਾਂ ਨੂੰ ਕਿਹਾ ਗਿਆ ਹੋ ਸਕਦਾ ਕਿ ਉਹ ਹੁਣ ਅਧਿਆਪਕਾਂ ਦਾ ਚਿੱਟਾ ਕੇ ਜੜਿਆ ਕਰਨ। ਕਿ ਇਸੇ ਕਰਕੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਥੱਪੜ ਖਾਣ ਵਾਲਾ ਅਧਿਆਪਕ ਅਤੇ ਬਾਕੀ ਦੇ ਸਾਰੇ ਅਧਿਆਪਕ ਵੀ ਕਹਿੰਦੇ ਰਹੇ ਕਿ DEO ਖਿਲਾਫ ਕਾਰਵਾਈ ਕੀਤੀ ਜਾਵੇ, ਪਰ ਪੁਲਿਸ ਅਧਿਕਾਰੀ ਤਾਂ DEO ਦੀ ਬੋਲੀ ਬੋਲਦਾ ਦਿਖਿਆ। ਸੁਰਿੰਦਰ ਸਿੰਘ ਨੇ ਮੇਰੀ ਗੱਲ ਨੀ ਸੁਣੀ। ਆ ਪ੍ਰਸ਼ਾਸਨ ਆਉਣ ਚ ਪੇੜ ਮਾਰਨ ਆਉਣ ਤਾਂ ਫੜ ਲੈ। ਸਾਹਮਣੇ ਮਾਰੀ ਜਾਂਦੇ ਹੋ, ਕਮਾਲ ਹੋ ਗਈ। ਪ੍ਰਸ਼ਾਸਨ ਕੁਛ ਨੀ ਕਰ ਰਿਹਾ ਜੀ, ਤੁਹਾਡੇ ਸਾਹਮਣੇ ਸਾਰੇ ਲਿਖਵਾ ਹੋਇਆ, ਹੋਰ ਕੀ ਕਰਨਾ। ਤੁਹਾਨੂੰ ਮੈਂ ਕਿਹਾ ਬਾਹਰ ਖੜੋ, ਤੁਸੀਂ ਤੱਕਿਆ, ਤੁਸੀਂ ਡਿਊਟੀ ਨਹੀਂ ਮਾਰ ਰਹੇ, ਬੁਲਟ ਮਾਰ ਸਕਦੀ ਸੀ ਪੁਲਿਸ ਨੂੰ। ਨਹੀਂ ਮਾਰ ਸਕਦਾ ਡੀਓ, ਪੇਟ ਤਾਂ ਨਹੀਂ ਮਾਰ ਸਕਦਾ ਡੀਓ, ਤੁਹਾਨੂੰ ਪੇਟ ਮਾਰ ਸਕਦਾ ਪੁਲਿਸ ਮਾਰ ਸਕਦੀ ਹੈ। ਜੇ ਪੁਲਿਸ ਕੋਲ ਤੁਸੀਂ ਪੁਲਿਸ ਕੋਲ ਆਰਡਰ ਹੈਗਾ ਮਾਰ 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 ਨਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ, ਪੇਟ ਮਾਰ ਨਹੀਂ ਕਰਦਾ। ਉੱਧਰ ਇਸ ਮਾਮਲੇ ਦੇ ਵਿੱਚ ਜਦੋਂ ਇਲਜ਼ਾਮਾਂ ਵਾਲੇ DEO ਰਣਜੀਤ ਸਿੰਘ ਖੋਸਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਨਾਬ ਮੁੱਛਾਂ ਨੂੰ ਤਾ ਦਿੰਦੇ ਕਹਿ ਰਹੇ ਨੇ ਕਿ ਉਹਨਾਂ ਨੇ ਤਾਂ ਥੱਪੜ ਮਾਰਿਆ ਨਹੀਂ, ਬਾਕੀ ਦੇ ਸਾਰੇ ਅਧਿਆਪਕ ਝੂਠ ਬੋਲ ਰਹੇ ਨੇ ਅਤੇ DEO ਸਾਹਿਬ ਇਕੱਲੇ ਹੀ ਸੱਚੇ ਨੇ। ਬੰਦੀ ਕਾਨੂੰਨੀ ਕਾਰਵਾਈ ਕਰਾਂਗੇ, ਅਸੀਂ ਤਾਂ ਇਹ ਆਏ ਆ ਬਾਹਰੋਂ ਆਪਦੇ ਸਕੂਲਾਂ ਦੇ ਵਿੱਚੋਂ ਡਿਊਟੀ ਛੱਡ ਕੇ।
ਜਿਹੜੇ ਟੀਚਰਾਂ ਨੇ ਡਿਊਟੀਆਂ ਛੱਡ ਚੁੱਕੇ ਆ ਉਹਦੇ ਸਕੂਲਾਂ ਦੇ ਵਿੱਚੋਂ ਡਿਊਟੀਆਂ ਛੱਡ ਕੇ ਆਏ ਆ ਉੱਥੇ ਛੁੱਟੀਆਂ ਭਰਾ ਕੇ ਅਧਿਕਾਰ ਤੌਰ ਤੇ ਇਹਨਾਂ ਨੂੰ ਕਿਹੜੇ ਅਧਿਕਾਰ ਦਿੱਤਾ ਸਾਡੇ ਕੰਮ ਦੇ ਵਿੱਚ ਸਰਕਾਰੀ ਕੰਮ ਨਹੀਂ ਛੁੱਟੀ ਨਹੀਂ ਉਹਨਾਂ ਦੇ ਵੀ ਦੋਸ਼ ਆ ਥੱਪੜ ਥੱਪੜ ਨਹੀਂ ਕੋਈ ਮਾਰੇਗਾ ਨਾ ਥੱਪੜ ਮਾਰ ਸਕਦੇ ਸਾਡੇ ਕੋਲ ਨਾ ਪਾਵਰ ਥੱਪੜ ਮਾਰਨੀ ਜਿਹੜੇ ਦੋਸ਼ ਲਾ ਰਹੇ ਆ ਕਿ ਝੂਠਾ ਦੋਸ਼ ਹਾਂ ਜਮਾਂ ਝੂਠਾ ਨਿਰਧਾਰ ਕਮਾਲ ਹੋ ਗਈ ਜੇਕਰ ਪੰਜਾਬ ਪੜਾਉਂਦੇ ਆ ਉਹਨੂੰ ਬਾਈਕ ਬੰਦ ਕਰਨ ਵਾਸਤੇ ਬੰਦੇ ਕਰਦੇ ਆ ਸਟੇਡੀਅਮ ਦੇ ਵਿੱਚ ਨਾ ਕੋਈ ਅਸੀਂ ਨਹੀਂ ਮਾਰਦੇ ਕਿ ਨਾ ਡੀਓ ਦੇ ਮੁਤਾਬਿਕ ਭਾਵੇਂ ਉਹਨਾਂ ਨੇ ਅਧਿਆਪਕ ਦੇ ਥੱਪੜ ਨਹੀਂ ਜੜਿਆ ਪਰ ਬਿਨਾਂ ਮਾਰਿਆਂ ਇਹ ਥੱਪੜ ਪੂਰੇ ਮੁਕਤਸਰ ਦੇ ਅਫਸਰਾਂ 'ਚ ਗੂੰਜਿਆ ਇਸੇ ਕਰਕੇ ਤਾਂ ਮੌਕੇ 'ਤੇ ਉਪ ਮੰਡਲ ਮੈਜਿਸਟਰੇਟ ਗੋਪਾਲ ਸਿੰਘ ਵੀ ਪਹੁੰਚੇ ਨੇ ਅਤੇ ਜਨਾਬ ਕਹਿ ਰਹੇ ਨੇ ਕਿ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਦੇਵੇਗਾ ਤਾਂ ਉਹ ਕਾਰਵਾਈ ਕਰਨਗੇ ਜਿਹੜੀ ਟੀਚਰ ਯੂਨੀਅਨ ਵੱਲੋਂ ਨਾ ਪੜ੍ਹੋ ਪੰਜਾਬ ਦੇ ਤਹਿਤ ਜਿਹੜੇ ਹੈਗਾ ਗਾ ਉਹ ਟੈਸਟ ਲਈ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਮੈਂ ਆ ਕੇ ਟੀਚਰਸ ਨਾਲ ਗੱਲਬਾਤ ਕੀਤੀ ਹੈਗੀ ਉਹਨਾਂ ਦਾ ਮਸਲਾ ਸਟੇਟ ਲੈਵਲ 'ਤੇ ਚੱਲ ਰਿਹਾ ਜੋ ਸਟੇਟ ਦਾ ਫੈਸਲਾ ਸਰਕਾਰ ਦਾ ਉਹ ਲਾਗੂ ਕਰਨ ਵਾਸਤੇ ਅਸੀਂ ਇੱਥੇ ਡੀਓ ਸਾਹਿਬ ਆਏ ਸੀ ਉਹਨਾਂ ਦੇ ਨਾਲ ਆਇਆ ਮੈਂ ਬਾਕੀ ਜੋ ਉਹਨਾਂ ਦੇ ਗੱਲਾਂ ਬਾਤਾਂ ਸੀ ਮੈਂ ਸੁਣੀਆਂ ਗਈਆਂ ਉਹ ਮਾਨਯੋਗ ਡੀ ਸਾਹਿਬ ਦੇ ਧਿਆਨ 'ਚ ਲਿਆ ਦਿੱਤੀਆਂ ਜਾਣਗੀਆਂ ਅਤੇ ਬਾਕੀ ਠੀਕ ਹੈ ਮਾਹੌਲ ਹੁਣ ਹਾਂਜੀ ਪਰ ਟੀਚਰ ਹੈਗੇ ਨਾ ਕੁਛ ਨਜ਼ਰ ਆ ਰਹੇ ਹੈਗੇ ਟੀਚਰਾਂ ਦਾ ਕਹਿੰਦਾ ਸਾਡੇ ਜਿਹੜੇ ਕੋਈ ਇਨਸਾਫ਼ ਨਹੀਂ ਮਿਲ ਰਿਹਾ ਨਹੀਂ ਉਹਨਾਂ ਦਾ ਰਾਜ ਪੱਧਰ ਦੀ ਗੱਲ ਹੈਗੀ ਉਹ ਆਪਣੀ ਯੂਨੀਅਨ ਦੇ ਨਾਲ ਗੱਲ ਕਰਨਗੇ ਵੀ ਉਹ ਕੀ ਚਾਹੁੰਦੇ ਨੇ ਬਟ ਇਸ ਥੱਪੜ ਮਾਰਿਆ ਕੋਈ ਥੱਪੜ ਵਾਲੀ ਕੋਈ ਨਹੀਂ ਉਹ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਊਗੀ ਮੇਰੇ ਨੂੰ ਲਿਖ ਕੇ ਦੇ ਦੇਣਗੇ ਅਸੀਂ ਇਨਕੁਆਇਰੀ ਕਰਾ ਲਾਂਗੇ ਜਿਹੜਾ ਹਜੇ ਤੱਕ ਵੀ ਵਿਵਾਦ ਉਸੇ ਤਰ੍ਹਾਂ ਹੀ ਚੱਲ ਰਿਹਾ ਹੈਗਾ ਬਾਹਰੋਂ ਵੀ ਟੀਚਰ ਆ ਰਹੇ ਹੈਗੇ ਸਕੂਲਾਂ ਨੂੰ ਛੱਡ ਕੇ ਆ ਰਹੇ ਹੈਗੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਪ੍ਰਸ਼ਾਸਨ ਵੱਲੋਂ ਕੀ ਕੰਮ ਨਹੀਂ ਉਹ ਡੀਓ ਸਾਹਿਬ ਨੂੰ ਕਿਹਾ ਗਿਆ ਵੀ ਇਸ ਪਾਲਿਸੀ ਨੂੰ ਲਾਗੂ ਕਰਨ ਲਈ ਕਿ ਉਹ ਪੂਰਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਕਾਰਵਾਈ ਅਮਲ 'ਚ ਲਿਆਉਣਗੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਥੱਪੜ ਵੱਜਿਆ ਕਿਉਂ ਹੈ ਦਰਅਸਲ ਇਹਨਾਂ ਅਧਿਆਪਕਾਂ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਦਾ ਬਾਕੀ ਅਧਿਆਪਕਾਂ ਦੀ ਤਰ੍ਹਾਂ ਬਾਈਕਾਟ ਕੀਤਾ ਗਿਆ ਸੀ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਅਧਿਆਪਕਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਡੀਓ ਨੂੰ ਰਾਸ ਨਾ ਆਇਆ ਜ਼ਿਲ੍ਹਾ ਸਿੱਖਿਆ ਅਫਸਰ ਨੇ ਐਜੂਕੇਸ਼ਨ ਮਿਨਿਸਟਰ ਤੋਂ 10 ਵਿੱਚੋਂ 10 ਨੰਬਰ ਲੈਣ ਦੇ ਲਈ ਇਸ ਅਧਿਆਪਕ ਦੇ ਥੱਪੜ ਜੜ ਦਿੱਤਾ ਹਾਂਜੀ ਕੀ ਤੁਹਾਡਾ ਨਾਂ ਜੀ ਮੇਰਾ ਨਾਂ ਹਰੀ ਕ੍ਰਿਸ਼ਨ ਹੈ ਜੀ ਹੈਰੀ ਬਟਲਾ ਮੇਰਾ ਨਾਂ ਹੈ ਜੀ ਹਾਂ ਕੀ ਮਾਮਲਾ ਕੀ ਹੋਇਆ ਅੱਜ ਜਿਹੜਾ ਤੁਸੀਂ ਨਾਅਰੇਬਾਜ਼ੀ ਕਰ ਰਹੇ ਹੋ ਮਾਮਲਾ ਇਹ ਹੋਇਆ ਜੀ ਅਸੀਂ ਬੜੇ ਪੀਸਫੁਲੀ ਇੱਥੇ ਇਕੱਠੇ ਹੋਏ ਹਾਂ ਜੀ ਟੀਚਰ ਅਸੀਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਬਾਈਕਾਟ ਕਰ ਰਹੇ ਹਾਂ ਸਾਨੂੰ ਆ ਕੇ ਡੀਓ ਕਹਿੰਦੇ ਵੀ ਤੁਹਾਡਾ ਕੀ ਅਧਿਕਾਰ ਹੈ ਮੈਂ ਉਹਨਾਂ ਨੂੰ ਕਿਹਾ ਜੀ ਸਾਡਾ ਲੋਕਤੰਤਰਿਕ ਅਧਿਕਾਰ ਹੈ ਸਾਡਾ ਕੌਨਸਟੀਟਿਊਸ਼ਨ ਸਾਨੂੰ ਕਹਿੰਦਾ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਐਟ ਐਨੀ ਪਲੇਸ ਉਹ ਕਹਿੰਦਾ ਤੇਰੀ ਜ਼ਰੂਰਤ ਕਿਵੇਂ ਹੋਈ ਮੈਨੂੰ ਉਹਨੇ ਇੰਨਾ ਕਹਿੰਦੇ ਮੇਰੇ 'ਚ ਪੇੜ ਮਾਰਤੀ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਮਾਰੀ ਕਿਉਂ ਕਹਿੰਦਾ ਤੁਸੀਂ ਪ੍ਰੋਟੈਸਟ ਕਰੀ ਜਾਂਦੇ ਹੋ ਉਸ ਤੋਂ ਬਾਅਦ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਜੀ ਇਸ ਬੰਦੇ ਦੀ FIR ਦਰਜ ਕੀਤੀ ਜਾਵੇ ਜਲਦੀ ਲਾਂਚ ਕੀਤੀ ਜਾਵੇ ਇਸ ਬੰਦੇ ਨੇ ਮੇਰੇ ਕੋਲ ਅਗਲਾ ਹੁਣ ਕੀ ਪੜੋ ਪੰਜਾਬ ਦਾ ਬਾਈਕਾਟ ਪੜੋ ਪੰਜਾਬ ਪੜਾਓ ਪੰਜਾਬ ਅਸੀਂ ਨਹੀਂ ਚੱਲਣ ਦੇਣਾ ਜੀ ਸਾਡਾ ਪੂਰਨ ਤੌਰ ਤੇ ਬਾਈਕਾਟ ਰਹੂਗਾ ਅਸੀਂ ਚਾਹੁੰਦੇ ਹਾਂ ਵੀ ਸਿਲੇਬਸ ਦੇ ਮੁਤਾਬਕ ਬੱਚਿਆਂ ਨੂੰ ਪੜਾਇਆ ਜਾਵੇ ਜਿਹੜਾ ਕਿ ਕਾਰਗਰ ਹੈ ਬੱਚਿਆਂ ਨੂੰ ਪਾਸ ਕਰਾਂਗੇ ਅੱਜ ਦਾ ਹਾਲਾਤ ਹੋਇਆ ਤੁਸੀਂ ਕਰ ਰਹੇ ਹੋ ਤੇਲ ਮਾਰਿਓ ਕਿਤੇ ਇੱਕ ਵੀਡੀਓ ਬਣਾਓ ਜੀ ਉਧਰ ਵੀਡੀਓ ਬਣਾ ਕੇ ਉਸੇ ਤੱਕੇ ਜਾਈ ਜੀ ਬੇਸ਼ੱਕ ਪੰਜਾਬ ਦੇ ਵਿੱਚ ਬਿਨਾਂ ਬਿਜਲੀ ਵਾਲੇ ਵਾਧੂ ਬਿੱਲ ਆਉਂਦੇ ਨੇ ਅਤੇ ਬਿਜਲੀ ਬੋਰਡ ਦੀਆਂ ਤਾਰਾਂ ਵਿੱਚ ਕਦੇ ਕਦੇ ਹੀ ਕਰੰਟ ਆਉਂਦਾ ਹੈ ਪਰ ਇਸ ਅਫਸਰ ਨੂੰ ਵੇਖ ਕੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੇ ਅਫਸਰਾਂ 'ਚ ਤਾਂ ਪੂਰਾ ਕਰੰਟ ਹੈ ਬਿਜਲੀ ਵਿਭਾਗ ਨੂੰ ਇਹਨਾਂ ਅਫਸਰਾਂ ਪਾਸੋਂ ਹੀ ਕਰੰਟ ਲੈ ਲੈਣਾ ਚਾਹੀਦਾ ਹੈ ਅਤੇ ਅਜਿਹੇ ਬਹਾਦੁਰ ਅਫਸਰਾਂ ਦੀ ਤਾਂ ਬਾਰਡਰ 'ਤੇ ਸਖ਼ਤ ਜ਼ਰੂਰਤ ਹੈ ਮਲੋੜ ਤੋਂ ਸੋਨੀ ਢਿੱਲਾ ਪੰਜਾਬੀ ਲੋਕ ਚੈਨਲ
ਪੰਜਾਬੀ ਲੋਕ ਚੈਨਲ।